ਹੇ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ। ਤਾਂ ਤਾਂ ਸ਼ਾਮ ਦੇ 7:07 ਵੱਜ ਗਏ ਨੇ ਸਿੱਖਦ ਤੇ ਅਸੀਂ ਹੁਣ ਚੱਲੇ ਆ ਢਾਬਾ ਖਟਾਰਾ। ਢਾਬਾ ਆ ਖਟਾਰਾ ਦੇਖ ਲਓ ਜੀ। ਹਾਂਜੀ ਤੇ ਅਸੀਂ ਚੱਲੇ ਆ ਹੁਣ ਪੈਂਚਰ ਲਵਾਉਣ ਬਾੜੇ ਚੋਂ। ਘਰੇ ਸਾਈਕਲ ਖੜਾ। ਪੈਂਚਰ ਨੂੰ ਕਿੰਨੇ ਦਿਨ ਹੋ ਗਏ ਪੈਂਚਰ ਲਾਉਣਾ? ਇਹ ਕਹਿ ਰਿਹਾ ਪੈਂਚਰ ਕੋ ਕਿੰਨੇ ਦਿਨ ਹੋ ਗਏ ਪੈਂਚਰ ਲਵਾਉਣਾ। ਔਰ ਆਪ ਸਰ ਬੋਲੇਗੇ ਗਾਇਸ ਐਮ ਵੀਡੀਓ ਬਲੋ ਗਾਇਸ। ਉਹ ਰਹਾ ਕੇਸਰ ਬਾਬੀ ਕਾ ਘਰ ਭਾਈ। ਜੱਗਾ ਆ ਰਹਾ ਹੈ ਇਸਕੀ ਵੀਡੀਓ ਬਣਾਓ ਭਾਈ। ਇਹ ਜੱਗਾ ਆ ਰਹਾ ਹੈ। ਇਹ ਬਹੁਤ ਤੰਗ ਕਰਤਾ ਸਭ ਕੋ ਕੇਸਰ ਬਾਬੀ ਕਾ ਚੇਲਾ। ਇਹ ਦੇਖੋ ਇਹ ਤੋਤੇ ਕਾ ਮੁੰਡਾ ਹੈ। ਇਨਕੋ ਜੱਟ ਕਹਤੇ ਹੈ ਕਿ ਸਿੰਘ? ਚਮਿਆਰ। ਚਮਿਆਰ ਕਹਤੇ ਹੈ ਇਨਕੋ। ਸਿੰਘ ਵੀ ਆਖਤੇ ਹੈ। ਸਿੰਘ ਵੀ ਆਖਤੇ ਹੈ ਇਨਕੋ। ਸਿੰਘੜੇ ਸਾਲਾ ਇੰਨਾ ਲੰਬਾ ਲਿਖਣਾ ਸਿੰਘੜੇ। ਤਾਂ ਗਾਇਸ ਮੈਂ ਤੁਹਾਨੂੰ ਮਿਲਦਾ ਢਾਬੇ ਤੇ ਜਾ ਕੇ ਸਿੱਧਾ ਹੀ। ਤਾਂ ਗਾਇਸ ਤੁਹਾਨੂੰ ਮੇਰੀ ਆਵਾਜ਼ ਘੱਟ ਆ ਰਹੀ ਹੋਊਗੀ। ਸਾਡਾ ਮੈਕ ਖਰਾਬ ਹੋ ਗਿਆ। ਤਾਂ ਘਰਾਂ ਪਹੁੰਚ ਗਏ ਨੇ ਆਪਾਂ। ਨਵੀਂ ਗੱਡੀ ਲੈਤੀ ਹੈ ਦੱਸੋ ਜੀ ਕਮੈਂਟ ਕਰਕੇ ਕਿਵੇਂ ਦੀ ਹੈ। ਨਵੀਂ ਗੱਡੀ ਲੈਤੀ ਹੈ ਜੀ। ਇਹਦਾ ਨੰਬਰ ਮੈਂ ਹੁਣ ਇਹਨੇ ਗੱਚੀ ਮਾਂ ਮਾਂ ਨਾ ਗਿਣਨੇ ਵੀ ਨਾ। ਕਿਆ ਕਹਿੰਦੇ ਹੁੰਦੇ ਆ ਅਸੀਂ ਚੱਲੇ ਹਾਂ ਸਾਈਕਲ ਦਾ ਪੈਂਚਰ ਲਵਾਉਣ। ਉਹ ਮੰਮੀ ਬੈਠੀ ਹੈ ਮੇਰੀ। ਮੰਮੀ ਤੇਰੀ ਅੰਬਿਆ ਹਾ। ਹਾਏ ਬੋਲ ਦੋ ਮੰਮੀ। ਹਾਏ ਬੋਲ ਦੋ। ਹਾਏ ਬੋਲ ਦੋ। ਵੈਲਕਮ ਮਾਈ ਨਿਊ ਬਲੌਗ ਹੈ ਕਹਿੰਦੇ। ਹਮਾਰੀ ਵੀ ਜੜਾਈ ਤਾਰੀ ਮਾਂ ਬੇਦੇ ਮੰਮੀ। ਹਮਾਰੀ ਵੀ ਜੜਾਈ ਹੋ ਗਈ ਕਿਤੇ ਦਿਨ। ਜਦ ਸੋਨੀ ਜੋਸ਼ੀ ਸੋਨੀ ਜੋਸ਼ੀ ਕੋਈ ਇਹ ਸੁਨੇਹਾ ਪਜਾ ਦੇਣਾ ਉਸ ਐਨ ਕਿ ਮੈਂ ਐਨ ਕਾ ਤੋੜ ਦੇਣੀ ਹੈ। ਔਰ ਵਿੱਚ ਕੱਪੜ ਮਾਨ ਮਤਲਬ